ਉੱਥੋਂ ਦੇ ਰਹਿਣ ਵਾਲੇ ਬੁਰਜ ਮੱਕਣ ਦੇ ਜੀ ਰਹਿਣ ਵਾਲੇ। ਕੀ ਗੱਲਬਾਤ ਹੋਈ ਜਿਹੜੇ ਇੱਥੇ ਲੜਾਈ ਝਗੜਾ? ਮੇਰੇ ਪਾਪਾ ਦੀ ਡੈਥ ਹੋਈ ਹੈ, ਮੰਮਾ ਮੇਰੀ ਕੰਮ ਬਾਹਰ ਮਜਬੂਰੀ ਕਰਦੇ ਨੇ, ਸਾਡੇ ਗਵਾਂਢੀ ਨੇ ਤੇ ਉਹ ਮੇਰੇ ਤੇ ਮਾੜੀ ਨਿਗਾਹ ਰੱਖਦੇ ਸੀਗੇ ਤੇ ਰਾਤੀ ਅਚਾਨਕ ਹੀ ਉਹਨਾਂ ਨੇ ਸਾਡੇ ਘਰੇ ਹਮਲਾ ਕਰ ਦਿੱਤਾ ਤੇ ਸਾਡੀਆਂ ਛੱਤਾਂ ਭੰਨ ਕੇ ਕਹਿੰਦੇ ਤੈਨੂੰ ਚੱਕ ਕੇ ਅਗਵਾਹ ਕਰਕੇ ਲੈ ਜਾਣਾ, ਅਸਲਿਆਂ ਦੀਆਂ ਧਮਕੀਆਂ ਦਿੱਤੀਆਂ ਨੇ। ਹਾਂਜੀ, ਤੇ ਹੋਰ ਕੀ ਕਹਿੰਦੇ? ਉਹ ਕਹਿੰਦੇ ਤੈਨੂੰ ਅਗਵਾਹ ਕਰਕੇ ਲੈ ਜਾਣਾ, ਮੈਨੂੰ ਜਾਣੀ ਕਿ ਮੈਨੂੰ ਮੈਂ ਛੱਤਾਂ ਭੰਨ ਕੇ ਉੱਤਦੀ ਤੇ ਸਾਡੇ ਘਰੇ ਛੱਤਾਂ ਦੇ ਵਿੱਚ ਦੀ ਆ ਗਏ ਤੇ ਮੈਂ ਬੈਡ ਥੱਲੇ ਲੁਕ ਗਈ, ਮੈਨੂੰ ਖਿੱਚ ਕੇ ਮੇਰੇ ਕੱਪੜੇ ਵੀ ਪਾੜ ਦਿੱਤੇ ਨੇ ਤੇ ਲਵਪ੍ਰੀਤ ਨੇ। ਹਾਂਜੀ ਹਾਂਜੀ, ਪਹਿਲਾਂ ਵੀ ਇਹਨਾਂ ਦੇ ਕਤਲ ਕੁਤਲ ਕੀਤੇ ਨੇ, ਕਹਿੰਦੇ ਸਾਡਾ ਪੁਲਿਸ ਕੁਛ ਨੀ ਵਿਗਾੜ ਸਕਦੀ। ਹਾਂਜੀ ਹਾਂਜੀ, ਹੁਣ ਅਸਲੇ ਦੇ ਜ਼ੋਰ ਤੇ, ਹਾਂਜੀ ਅਸਲੇ ਦੇ ਜ਼ੋਰ ਤੇ ਕਹਿੰਦੇ ਤੈਨੂੰ ਲੈ ਜਾਣਾ ਚੱਕ ਕੇ। ਹਾਂਜੀ, ਚਾਰ ਪੰਜ ਜਣੇ ਆਏ ਸੀਗੇ ਤੇ ਬਾਕੀ ਕਿਹੜੇ ਕਿਹੜੇ ਨਾਂ ਤੇ ਕੀ ਅੱਲਾ ਸ਼ਰੀ ਕੌਣ ਦਿੰਦੇ? ਕੁਲਦੀਪ, ਸੌਰਵ ਤੇ ਸੋਨੂ ਤੇ ਲਵਪ੍ਰੀਤ ਮੇਰੇ ਗੱਲ ਪੈ ਗਿਆ, ਮੈਨੂੰ ਕੱਪੜੇ ਕੁਪੜੇ ਮੇਰੇ ਪਾੜ ਦਿੱਤੇ। ਹਾਂਜੀ, ਧੱਕੇ ਨਾਲ ਚੱਕਣ ਦੀ ਕੋਸ਼ਿਸ਼ ਕੀਤੀ ਮੈਨੂੰ ਉਹਨਾਂ ਨੇ, ਘਰ ਚ ਵੜ ਗਏ। ਹਾਂਜੀ, ਘਰ ਚ ਵੜ ਗਏ ਸਾਡੇ। ਜਦੋਂ ਮੰਮੀ ਛਡਾਉਣ ਲੱਗੇ ਕੁੱਟ ਮਾਰ ਗਏ? ਹਾਂਜੀ ਹਾਂਜੀ, ਉਹਨਾਂ ਨਾਲ ਵੀ ਹੋਈ? ਹਾਂਜੀ। ਤੇ ਹੁਣ ਕੀ ਮੰਗਦੇ ਤੁਸੀਂ? ਕਾਰਵਾਈ, ਕਾਰਵਾਈ ਇਹਨਾਂ ਤੇ ਕੀਤੀ ਜਾਵੇ ਸਖਤ ਸਖਤ, ਸੁਰੱਖਿਅਤ ਨਹੀਂ। ਹਾਂਜੀ, ਕੀ ਕਹਿਣਾ? ਹਾਂਜੀ, ਔਰ ਤਾਂ ਘਰ ਚ ਨੀ ਸੁਰੱਖਿਅਤ ਤੇ ਬਾਹਰ ਕਿੱਥੋਂ ਹੋਣ ਦੀਆਂ, ਜਾਣੀ ਕਿ ਇੱਕ ਇਹੋ ਜਿਹੀ ਸਰਕਾਰ ਆ ਗਈ ਹੈ ਜਿਹੜੀ ਕੋਈ, ਹਾਂਜੀ ਗੁੰਡਾਗਰ ਸ਼ਰੇਆਮ ਹੋ ਰਹੀ ਹੈ ਗੁੰਡਾਗਰਦੀ। ਹਾਂ, ਪੁਲਿਸ ਕੋਈ ਨਹੀਂ ਫੜਦੀ? ਹਾਂਜੀ ਹਾਂਜੀ, ਪੁਲਿਸ ਤੋਂ ਕਹਿੰਦੇ ਸਾਨੂੰ ਪੁਲਿਸ ਦਾ ਕੋਈ ਡਰ ਨਹੀਂ ਹੈਗਾ, ਸਾਡੇ ਤੇ ਪਹਿਲਾਂ ਵੀ ਕਈ ਪਰਚੇ ਨੇ। ਹੁਣ ਮੰਗੇ ਇਨਸਾਫ ਮਿਲਣਾ? ਹਾਂਜੀ ਹਾਂਜੀ, ਮੈਨੂੰ ਸਰ ਬੁਰਜ ਮੱਕਣ ਸਿੰਘ ਦੀ। ਹਾਂ, ਕੀ ਹੋਇਆ ਜੀ? ਇਹ ਜੀ ਮੈਨੂੰ ਪਹਿਲਾਂ ਧਮਕੀ ਦਿੱਤੀ ਇਹਨਾਂ ਅਸਲੇ ਦੀ, ਕਹਿੰਦੇ ਵੀ ਤੇਰਾ ਸਿਰ ਲਾ ਕੇ ਅਸੀਂ ਜੇਲ੍ਹ ਚ ਜਾਣਾ, ਪਹਿਲਾਂ ਵੀ ਗੈਰ ਹੈ, ਠੀਕ ਹੈ ਜੀ, ਤੇ ਕਹਿੰਦੇ ਹੁਣ ਤੇਰੀ ਭੈਣ ਚੱਕਣੀ ਅਸੀਂ, ਮੇਰੀ ਸਿਸਟਰ ਲੱਗਦੀ ਹੈ ਵੀ ਕਹਿੰਦੇ ਤੇਰੀ ਭੈਣ ਚੱਕ ਕੇ ਤੇ ਅਸੀਂ ਲੈ ਕੇ ਜਾਣੀ ਹੈ, ਬਲਾਕਾਤ ਕਰਦੇ ਆ ਜੀ, ਜਾਣ ਜ਼ਬਰਦਸਤੀ ਕਰਦੇ ਆ। ਆਹ ਵੇਖੋ ਜੀ, ਘਰੇ ਆ ਕੇ ਛੱਤਾਂ ਵੀ ਭੰਨ ਗਿਆ ਸਾਰੀਆਂ, ਹਮਲਾ ਕੀਤਾ ਇਹਨਾਂ ਨੇ, ਗੁੰਡਾਗਰਦੀ ਸ਼ਰੇਆਮ ਕੀਤੀ ਹੈ ਜੀ। 10 ਵਜੇ ਦਾ ਟਾਈਮ ਰਾਤ ਦਾ, ਅਸੀਂ ਕੰਮ ਤੋਂ ਆਏ ਸੀ, ਪਏ ਹੋਏ ਸੀ ਅੰਦਰ ਤੇ ਬੂਹਾ ਲੱਗਿਆ ਹੋਇਆ ਸੀ, ਬੂਹਾ ਨਹੀਂ ਖੁੱਲ੍ਹਾ, ਤੋੜ ਭੰਨ ਕਰਦੇ ਰਹੇ, ਫਿਰ ਛੱਤ ਜਾ ਕੇ ਭੰਨ ਦਿੱਤੋ, ਉੱਤੋਂ ਇੱਟਾਂ ਰੋੜੇ ਮਾਰਦੇ ਰਿਹਾ, ਕੁੜੀ ਨਾਲ ਜ਼ਬਰਦਸਤੀ ਕੀਤੀ ਆ ਜੀ। ਹਾਂਜੀ, ਧੱਕੇ ਨਾਲ ਮਾਰਦੇ ਸੀ, ਅਗਵਾ ਕਰਦੇ ਸੀ। ਹਾਂਜੀ ਹਾਂਜੀ, ਕੱਪੜੇ ਪਾੜੇ, ਕੱਪੜੇ ਪਾੜਦੇ ਆ ਜੀ, ਧੱਕਾ ਕੀਤਾ ਜੀ ਕੁੜੀ ਨੂੰ, ਅਸਲੇ ਦੀ ਧਮਕੀ ਦਿੰਦੇ ਆ ਜੀ। ਕੀ ਮੰਗ ਕੀ ਹੈ? ਇਨਸਾਫ ਚਾਹੀਦਾ ਜੀ ਸਾਨੂੰ ਤਾਂ। ਹਾਂਜੀ, ਕਾਰਵਾਈ ਹੋਣੀ ਚਾਹੀਦੀ। ਜੋਰਾ ਜੀ, ਜੋਰਾ ਕਿੱਥੋਂ ਦਾ ਰਹਿਣ ਵਾਲਾ? ਬੁਰਜ ਮੱਕਣ ਸਿੰਘ ਦਾ। ਤੇ ਕੀ ਹੋਇਆ, ਕੀ ਲੱਗਦਾ ਇਹਨਾਂ ਦਾ? ਭਤੀਜੀ ਜੀ ਮੇਰੀ। ਕੀ ਹੋਇਆ, ਕੀ ਗੱਲ? ਮਾੜੀ ਨਿਗਾਹ ਰੱਖਦੇ ਸੀ। ਕੌਣ ਸੀ? ਪਿੰਡ ਦੇ ਬੰਦੇ, ਆ ਸੱਤੂ ਦੇ ਮੁੰਡੇ। ਕੀ ਹੋਇਆ, ਕੀ ਗੱਲ? ਹਾਂ, ਤੁਹਾਡੀ ਕੁੜੀ ਚੁੱਕ ਤੇ ਜਾਣੀ। ਕੁੜੀ ਨੇ ਬਾਲਕ? ਹਾਂ ਬਾਲਕ ਜੀ। ਹਾਂਜੀ ਹਾਂ, ਅਸਲਾ ਲੈ ਤੇ ਧਮਕੀਆਂ ਦਿੰਦੇ। ਕਿੱਧਰ ਜਾਣਾ ਉਹਨੇ? ਤਹੀਂ ਬੂਹਾ ਵੀ ਲਾ ਲਿਆ ਤੇ ਬੂਹਾ ਵੀ ਨਹੀਂ ਸਾਡਾ ਲੱਗਾ, ਫਿਰ ਤੋਂ ਛੱਤ ਪੱਟਣ ਆ ਗਏ। ਕੀ ਅੰਦਰ ਘਰੇ ਵੜਦੇ ਸੀ? ਹਾਂ, ਘਰੇ ਵੜਦੇ ਸੀ, ਅਸੀਂ ਥੱਲੇ ਬੇਡ ਦੇ ਲੋਕ ਗਏ। ਹਾਂ, ਆਂਦੇ ਕੁੜੀ ਚੁੱਕ ਤੇ ਤੁਹਾਡੇ ਜਾਣੀ ਜੀ। ਇਹ ਗੁੰਡਾ ਕਰਦੀ ਹੋਈ? ਹਾਂ, ਗੁੰਡਾ ਕਰਦੀ ਹੋਈ ਜੀ। ਅਸਲੇ ਧਮਕੀਆਂ ਦਿੰਦੇ। ਭੰਨ ਤੋੜੀ ਬਥੇਰੀ ਕੀਤੀ ਜੀ, ਸਾਰਾ ਬੇਡ ਵੀ ਭੰਨੇ ਜੀ, ਆ ਮੰਜੇ ਵੀ ਤੋੜੇ ਨੇ, ਆ ਸਾਰਾ ਸੱਤਾਂ ਹੀ ਪੱਟੀਆਂ ਜਿੱਤੋਂ, ਆ ਬੂਹੇ ਵੀ ਤੋੜੇ ਜੀ, ਆ ਮੋਟਰਸਾਈਕਲ ਵੀ ਭੰਨਿਆ ਜੀ। ਹਾਂਜੀ, ਵਿਧਵਾ ਜੀ। ਹਾਂਜੀ ਹਾਂ, 5-7 ਸਾਫ਼ ਚਾਹੀਦਾ ਸਾਨੂੰ ਜੀ। ਹਾਂਜੀ ਹਾਂਜੀ, ਰਾਤ ਦੀ ਸਿਖਾਸ਼ ਦਿੱਤੀ ਜੀ, ਕੋਈ ਸਾਡੀ ਸੁਣਾਈ ਨੀ ਹੋਈ ਜੀ। ਗੁਰਮੀਤ ਕੌਰ। ਗੁਰਮੀਤ ਕੌਰ ਕਿੱਥੋਂ ਦੇ ਰਹਿਣ ਵਾਲੇ? ਬੁਰਜ ਮੱਖਣ ਸਿੰਘ ਵਾਲੇ। ਹਾਂਜੀ, ਕੀ ਗੱਲਬਾਤ ਹੋਈ?
ਗੁੰਡਾਗਰਦੀ ਚ ਕੀਤੀ ਆਣ ਕੇ ਸਾਨੂੰ ਡਰਾਵਾ ਧਮਕਾ ਕੇ ਸਾਨੂੰ ਜਾਣਾ ਕੁੱਟ ਮਾਰ ਕਰਦੇ ਰਹਿਣੇ। ਸਾਡੇ ਗਵਾਂਢੀ ਨੇ ਇੱਥੋਂ ਸੱਤੂ ਦੇ ਮੁੰਡੇ ਨੇ ਲਵਪ੍ਰੀਤ, ਕੁਲਦੀਪ ਤੇ ਸੋਨੂ ਸੌਰਭ ਕੁੱਟ ਮਾਰ ਕਰਦੇ ਰਹਿਣੇ। ਕੁੜੀ ਨੂੰ ਕਹੀ ਬੂਹਾ ਢੋ ਲਿਆ, ਕਹਿੰਦਾ ਛੱਤ ਤੋੜ ਕੇ ਤੁਹਾਡੀ ਕੁੜੀ ਲੈ ਕੇ ਜਾਣੀ। ਹਾਂ ਅਗਵਾਹ ਕਰਨ ਆਏ ਸੀ ਅਸਲੇ ਦੀ। ਹਾਂਜੀ ਸੁੱਤੇ ਪਏ ਸੀ ਅਸੀਂ, ਅਸਲੇ ਦੇ ਨੋਕ ਤੇ ਆਏ ਨੇ ਲੈ ਕੇ ਬੈਡ ਤੋੜ ਗਏ, ਮਸ਼ੀਨਾਂ ਤੋੜ ਗਏ, ਪੱਖੇ ਤੋੜ ਗਏ, ਛੱਤਾਂ ਤੋੜ ਗਏ, ਮੋਟਰਸਾਈਕਲ ਤੋੜ ਗਏ। ਕੋਈ ਚੀਜ਼ ਵੀ ਨੀ ਸਾਡੀ ਘਰ ਦੀ ਰਹਿਣ ਦਿੱਤੀ ਉਹਨਾਂ ਨੇ। ਹਾਂਜੀ ਜਬਰਦਸਤੀ ਕੁੜੀ ਨੂੰ ਚੱਕਦੇ, ਜਬਰਦਸਤੀ ਕਰਦੇ ਕੁੜੀ ਨਾਲ। ਹਾਂਜੀ ਬਾਲਕ ਹੈਗੀ, ਨਾਬਾਲਕ ਹਜੇ 17ਵਾਂ ਲੱਗਾ ਸਾਲ, 16ਵਾਂ ਹਾਂ 17ਵਾਂ ਲੱਗਾ ਆ। ਘਰੋਂ ਚੱਕਣ ਆਏ? ਹਾਂਜੀ ਘਰੋਂ ਚੱਕਣ ਆਏ ਸੀ। ਤੇ ਕੀ ਗੱਲਬਾਤ ਹੋਈ? ਕੁਛ ਵੀ ਨਹੀਂ ਹੋਈ, ਕਹਿੰਦਾ ਮੈਂ ਤੁਹਾਡਾ ਮੋਟਰਸਾਈਕਲ ਦਿਓ ਮੁੰਡੇ ਨੂੰ। ਕਹਿੰਦਾ ਮੁੰਡਾ ਕਹਿੰਦਾ ਮੈਂ ਨਹੀਂ ਦੇਣਾ, ਕਹਿੰਦਾ ਮੈਂ ਤੇਰੀ ਭੈਣ ਚੱਕ ਕੇ ਲੈ ਕੇ ਜਾਣੀ। ਰਾਤ ਨੂੰ ਸਾਡੇ ਘਰੇ ਆ ਗਏ। ਹਾਂਜੀ ਅਸੀਂ ਤਾਂ ਆਪਦਾ ਪੈ ਗਿਆ ਸੀ, ਹੁਣ ਕਿਹੜਾ ਕੋਈ ਆਉਂਦਾ ਪਿਆ ਤੇ ਉਹ ਸਾਡੇ ਕੋਠੇ ਤੇ ਚੜ ਗਿਆ। ਹਾਂਜੀ ਛੱਤ ਤੋੜ ਦਿੱਤੀ ਬੂਵੇ ਅਸੀਂ ਲਾਲ, ਛੱਤ ਤੋੜ ਕੇ ਤੇ ਫਿਰ ਗਵਾਂਢੀਆਂ ਦੀ ਕੰਧ ਤੋੜੀ, ਗਵਾਂਢੀਆਂ ਦੇ ਕੰਧ ਤੋੜ ਕੇ ਸਾਡੇ ਘਰ ਰੋੜੇ ਚਲਾਏ। ਕਿਸ ਤਰ੍ਹਾਂ ਫਿਰ ਆਪਣਾ ਬਚਾਅ ਕੀਤਾ? ਬਚਾਅ ਫਿਰ ਸਾਰੇ ਭੱਜ ਕੇ ਆਏ ਨੇ, ਆਂਢੀ ਗਵਾਂਢੀ ਸਾਡੇ ਆਏ, ਭੈਣ ਭਰਾ ਗਵਾਂਢੀ ਆਂਢੀ ਆਏ ਨੇ, ਫਿਰ ਸਾਡਾ ਬਚਾਅ ਹੋਇਆ। ਹਾਂਜੀ ਵਿਧਵਾ ਸੀ। ਹੁਣ ਕੀ ਪ੍ਰਸ਼ਾਸਨ ਤੋਂ ਮੰਗ? ਹੁਣ ਆਪਾਂ ਨੂੰ ਸਾਫ਼ ਚਾਹੀਦਾ, ਕੁੱਟਮਾਰ ਵੀ ਸਾਨੂੰ ਬਹੁਤ ਕੀਤੀ। ਹਾਂਜੀ ਕੁੜੀ ਨੂੰ ਵੀ ਕੁੱਟ ਮਾਰ ਕੀਤੀ, ਕੁੜੀ ਦੇ ਲੜੇ ਕੱਪੜੇ ਵੀ ਪਾੜ ਦਿੱਤੇ, ਮੇਰਾ ਵੀ ਸਿਰ ਪਾੜ ਦਿੱਤਾ ਨੇ, ਅੱਲਾ ਬਾਂਹ ਤੇ ਵੀ ਸੱਟ ਮੇਰੇ ਲਾ ਦਿੱਤੀ ਨੇ ਰੋੜੇ ਮਾਰ ਮਾਰ। ਹਾਂਜੀ ਸਾਨੂੰ ਸਾਫ਼ ਚਾਹੀਦਾ। ਨਾ ਜੀ ਨਹੀਂ।